वेलकम जी, खुश आमदी तुम वेख रहे हो पिंड चौंती यूट्यूब चैनल से। मैं थोड़ा दोस्त सगीर अब्बास रहन दोस्तों मौजूद है चक नंबर 368 जो कि रियाणा पसोई जनाब रावी का इलाका है और तांदलियाले के बिल्कुल नज़दीक फैसलाबाद तो 45 किलोमीटर। तो माशाल्लाह खूबसूरत दो जानवर ने, घोड़ी है थले जनाब बछेरी है, खूबसूरत सोहनी अगों घोड़ी फिर प्रैगनेंट है। जानवर तक लो तो फिर यदा रेट करते हैं जनाब भाई दे नाल। माशाल्लाह जी सोहनी खूबसूरत असील घोड़ी है, वेख रहे हो सवार भी उत्ते बैठा है, हल्का हल्का मुस्करा भी रहा नाल और बड़ा जबरदस्त सवार है जनाब। इस वास्ते आते हैं भाई बच्चों घोड़ियां का शौक लाओ, भाई इस तो सिवा फिर इन्हों को होर गल याद ना रहेगी। भाई इस उम्र के बच्चे तो पप जी ने लगे हुए हैं तो पता नहीं की जनाब गेमां ते ऑनलाइन ते ऐ वेख लो जनाब, ऐ वेख सोहना सवार उत्ते बैठा। पुत्र तेरी उम्र कितनी है? मेरी 12 साल। 12 साल हला ते को बाज बुज लेना घोड़े ते? हला को मेले बजया भी है? कित्थे? किले आले ते मियां मलांग ते। हला लो जी है निक्का सवार भी है जी और खूबसूरत घोड़ी हैगी है, माशाल्लाह मत्थों साफ है और सौ असील है। तीन पैर जनाब ये साफ ने, रंग जनाब ये है कुमैत, थले जनाब ये है बछेरी। माशाल्लाह जी घोड़ी अगों फिर गप्पण डिटेल लेने जनाब खान साहब को, साढ़े भाई सरदार नैयर खान बलोच साहब ने साढ़े नाल। खान साहब की हाल है जी? भाई सगीर की हाल है? खैरियत है अल्हम्दुलिल्लाह शुक्र है। खान साहब की उम्र की है दी? घोड़ी दी उम्र सर हुण 9.5 लगदी पई है। अच्छा 9.5 लगदी है। हां जी हाइट इंदी 61 नु टच करदी है जी। अच्छा ते बछेरी 8 बशीर खोखर वाले घोड़े दी है। अच्छा फिर प्रेग्नेंट है जी। कितने महीने दी? 2 महीने कोई 10-1 दिन हो गए। 2 महीने 10 दिन। हां जी चेकशुदा है जी। किसी किस्म की टेंशन गल नहीं। गारंटी ਤੁਸੀਂ ਲਿਖ ਕੇ ਵੀ ਦਿਓ? ਹਾਂ ਜੀ ਲੇਕਿਨ ਨਾਲ ਆਪਣਾ ਡਾਕਟਰ ਲੈ ਕੇ ਆ ਜਾਣਗੇ। ਅੱਛਾ ਡਾਕਟਰ ਲੈ ਕੇ ਆ ਜਾਣਗੇ। ਹਾਂ ਜੀ ਬਾਕੀ ਜਿਹੜੀ ਵਛੇਰੀ ਹੈ ਇਹਦੀ ਉਮਰ ਕੀ ਹੈ? ਵਛੇਰੀ ਦੀ ਉਮਰ ਜਿਹੜੀ ਇਹ ਹੁਣ 2 ਮਹੀਨੇ ਤੇ 10-1 ਦਿਨ ਹੋ ਗਏ ਨੇ ਜੀ। 2 ਮਹੀਨੇ ਵਛੇਰੀ ਦੀ ਉਮਰ ਹੈ ਜੀ। ਅੱਧ ਮਹੀਨੇ ਚ ਘੋੜਾ ਕ੍ਰਾਸ ਹੋਇਆ ਜੀ। ਅੱਛਾ ਮੈਂ ਵੇਖ ਰਿਹਾ ਵੀ ਵਛੇਰੀ ਤੁਹਾਡੀ ਕਮਜ਼ੋਰ ਹੈ। ਜੀ ਜੀ ਬਿਲਕੁਲ ਜੀ ਖੂਬਸੂਰਤ ਹੈ ਜੀ ਬਸ਼ੀਰ ਖੋਖਰ ਵਾਲਾ ਘੋੜਾ ਜਿਹੜਾ ਹੈ। ਹਾਂ ਜੀ ਅੱਛਾ ਬਰੀਕੀਆਂ ਸੂ ਰਿਹਾ ਜੀ। ਹਾਂ ਜੀ ਬਾਕੀ ਉਹਦੇ ਸ਼ੌਕ ਵੀ ਹੈ ਜੀ। ਠੀਕ ਤੇ ਇਹਦਾ ਵਛੇਰੀ ਦਾ ਰੰਗ ਕੀ ਪੁੰਦਾ? ਵਛੇਰੀ ਜੀ ਇਸ ਟਾਈਮ ਤਾਂ ਜੀ ਕੁਮੈਤ 5 ਕਲੀਆਂ ਨੇ ਜੀ। ਅੱਛਾ ਮੁਸ਼ਕੀ ਬਣ ਜਾਏਗੀ ਜੀ। ਅੱਛਾ ਇਹ ਕਨਫਰਮ ਹੈ ਜੀ, ਥੱਲਿਓਂ ਆਪਣਾ ਕਲਰ ਜਿਹੜੀ ਹੈ ਨਾਲੇ ਜਾਨਵਰ ਸੂਰਤੇ ਹਾਲ 8-9 ਮਹੀਨੇ ਨੂੰ ਜੈਨੂਇਨ ਕਲਰ ਵੀ ਦੇ ਦਿੰਦੇ ਨੇ। ਹਾਂ ਠੀਕ। ਅੱਛਾ ਇਹ ਦੱਸੋ ਵੀ ਇਹ ਦੋਵੇਂ ਜਾਨਵਰ ਤੁਸੀਂ ਇਕੱਠੇ ਸੇਲ ਕਰਨੇ ਆ ਜਾਂ ਵਛੇਰੀ ਕੋ ਅਲੱਗ ਤੋਂ ਮੰਗੇ ਤੋਂ ਵੀ? ਨਹੀਂ ਦੋਨੋਂ ਜਾਨਵਰ ਜੀ ਇਕੱਠੇ ਸੇਲ ਕਰਾਂਗੇ ਜੀ। ਅੱਛਾ ਤੇ ਕੋ ਮੁਨਾਸਬ ਜੀ ਕੀਮਤ ਖਾਨ ਸਾਹਿਬ ਦੱਸ ਛੱਡਾਂ? ਮੁਨਾਸਬ ਜੀ ਕੀਮਤ ਬਈ ਸਗੀਰ ਹਰ ਬੰਦੇ ਨੂੰ ਇਲਮ ਹੈ ਮਾਰਕੀਟ ਦਾ ਵੀ। ਹਾਂ ਜੀ ਮਾਰਕੀਟ 'ਚ ਲੋਕ ਜਿਹੜਾ ਬਾਟਾ ਰੇਟ 'ਚ ਲੈਂਦੇ ਨਾ ਜੀ ਉਹ ਤਾਂ ਮੁਨਾਸਬ ਨਹੀਂ ਹੁੰਦਾ ਜੀ। ਕੁਛ ਹਬਾਬ ਮੇਰੇ ਜਿਹੜੇ ਹਨ ਯੂਰਪ ਕੰਟਰੀਆਂ ਬੈਠੇ ਨੇ ਉਹਨਾਂ ਦਾ ਸ਼ਿਕਵਾ ਵੀ ਆਉਂਦਾ ਜੀ। ਹਾਂ ਜੀ ਲੇਕਿਨ ਸਾਡੇ ਵਾਸਤੇ ਕਾਬਲ ਇਤਰਾਮ ਹਨ ਜੀ, ਅਸੀਂ 7 ਲੱਖ ਡਿਮਾਂਡ ਕਰਦੇ ਜੀ, ਫਾਈਨਲ 6 ਲੱਖ ਦੀ ਦੇਵਾਂਗੇ ਜੀ। ਹਾਂ ਜੀ 3 ਜਾਨਵਰ ਬਣਦੇ ਜੀ, ਇੱਕ ਪੇਟ 'ਚ, ਇੱਕ ਮਾਂ ਅਤੇ ਇੱਕ ਉਹ ਵਛੇਰੀ। ਲੇਕਿਨ ਇਹ ਜਦੋਂ ਕੋਈ ਬੰਦਾ ਪੇਟ ਦੇ ਵਿੱਚ ਆ ਜਾਏਗਾ ਯਾਰ, ਹੁਣ ਕੋਈ ਬੰਦਾ ਕਸ਼ਮੀਰ 'ਚੋਂ ਚੱਲ ਕੇ ਆਉਂਦਾ ਹੈ ਯਾਰ, ਕੋਈ ਲਾਹੌਰੋਂ ਆਉਂਦਾ ਹੈ ਜਾਂ ਕੋਈ ਦੂਰ ਦਰਾਜ 'ਚੋਂ ਆਉਂਦਾ ਜੀ ਜੀ, ਫਿਰ ਕੋਈ ਮੁਹੱਬਤ ਹੋਰ ਵੀ ਹੋ ਜਾਏਗੀ ਬਾਈ ਸਗੀਰ। ਕੁਝ ਤੁਹਾਡੇ ਦੀਦਾਰੇ ਚਿਹਰੇ ਦੀ ਵੀ ਮੁਹੱਬਤ ਹੈ, ਮਿਹਰਬਾਨੀ। ਕੁਛ ਲੋਕ ਜਿਹੜੇ ਐਨ ਸਾਰੇ ਹੀ ਮੇਰੇ ਨਾਲ ਬੜਾ ਇਤਫਾਕ ਕਰਦੇ ਨੇ, ਮਿਹਰਬਾਨੀ ਉਹਨਾਂ ਦੀ ਜਿਹੜੇ ਬਾਹਰ ਵੀ ਬੈਠੇ ਨੇ, ਜਿਹੜੇ ਪਾਕਿਸਤਾਨੀ ਬੈਠੇ ਨੇ। ਹਾਂ ਜੀ ਤੇ ਉਹਨਾਂ ਦੇ ਨਾਲ ਪਿਆਰ ਮੁਹੱਬਤ ਕਾਪਰੇਟ ਜ਼ਰੂਰ ਕਰਾਂਗੇ ਜੀ। ਠੀਕ ਹੈ ਹਾਂਜੀ, ਕੋ ਕਿਰਾਇਆ ਸ਼ਰਾਇਆ ਛੱਡ ਦੇਸੋ? ਹਾਂਜੀ ਇਨਸ਼ਾਅੱਲਾ ਜ਼ਰੂਰ। ਆਪਣਾ ਨੰਬਰ ਸ਼ੇਅਰ ਕਰ ਦਿਓ। 0344 ਹਾਂਜੀ 5936200 ਜੀ। WhatsApp ਬਣਿਆ ਹੋਇਆ ਜੀ? ਜੀ WhatsApp ਇਸੇ ਨੰਬਰ ਜੀ। ਠੀਕ ਹੋ ਗਿਆ ਜੀ, ਮਿਹਰਬਾਨੀ, ਸ਼ੁਕਰੀਆ ਖਾਨ ਸਾਹਿਬ। ਲਓ ਜੀ ਜਾਨਵਰ ਤੱਕ ਲਓ ਇੱਕ ਦਫਾ ਫੇਰ। ਇਹ ਵਛੇਰੀ ਜਿਹੜੀ ਹੈ ਲੂਆਂ ਦੇ ਵਿੱਚ ਹੀ ਹੈ ਹਲੇ ਔਰ ਘੋੜੀ ਸਭ ਅਸੀਲ ਜੇ ਮਾਸ਼ਾਅੱਲਾ, ਵੇਖ ਰਹੇ ਹੋ ਕਿ ਬੱਚਾ ਜਨਾਬ ਇਹਦੇ ਉੱਤੇ ਸਵਾਰ ਹੋਇਆ ਅਤੇ ਇਹਦੀ ਚਾਲ ਵੇਖ ਲਓ ਬਿਲਕੁਲ ਅਸੀਲ ਜੇ। ਖੁੱਲ੍ਹੀ ਖੁੱਲ੍ਹੇ ਖੁੱਲ੍ਹੇ ਪਾਸੇ ਕੱਢਣਾ ਪੁੱਤਰ ਇਹਨੂੰ ਔਰ ਡੇਰੇ ਦਾ ਜਾਨਵਰ ਹੈ ਜੀ, ਮੰਡੀ ਦਾ ਜਾਨਵਰ ਨਹੀਂ ਹੈ, ਡੇਰੇ ਦੇ ਜਾਨਵਰ ਨਹੀਂ ਆ। ਤੁਸੀਂ ਵੇਖ ਸਕਦੇ ਹੋ ਮਾਹੌਲ, ਵੇਖ ਸਕਦੇ ਹੋ
मोस्टली दोस्तों की फरमायश होंगी है भी यार डेरिया के जानवर विखाओ तो नाल खान साहब ने कुकड़ भी असील रखे हुए हैं। लो जी असीलों का शौक भी कर लो नाल कौड़ी भी खाने तो नाल असील भी है। ये खान साहब कि नसल है तुहाडे को कि ब्रीड है काले फिरदे ने बेच रावी और मियां आली लो जी कुकड़ों का शौक भी करो ना ऐ मौज होंदी है डेरियां दी। लो जी घोड़ी वेख लो माशाल्लाह जी लो जी दोनों खूबसूरत जानवर ने और घोड़ा खान साहब केड़ा दस्या ने क्रॉस होया कबूतरे रंग का घोड़ा है जी कबूतरे कलर का जी हाँ जी ठीक ठीक घोड़ा है जी नेजाबाद भी है तो डांसर भी अच्छा नेजाबाद और डांसर घोड़ा लो जी माशाल्लाह दोस्तों डेरे के जानवर ने और रावी के जानवर ने प्योर रावी के जानवर ने माशाल्लाह जी। तो जी दोस्तों वीडियो किवें दी लगी लाजमी दसना वीडियो लाइक करो शेयर करो तो अपने वीर सगीर बासरे दियो इजाजत रब रखा।